देखो जी गुरु का लंगर आ समूह साढ़े एन आर आई वीर जिहड़े बैठे बाहर जिहड़े बड़े फिक्रमंद ने पंजाब प्रति अपने भरावां प्रति अपने किसानां प्रति उन्हां दे संजोग नाल साढ़े सारे भरावां नाल साडी एक जिहड़ी माझा एड साढ़े भरावां वल्लों जिहड़ी बनाई गई आ उहदे तहत जिहड़ा अज जिन्नियां वी संगतां इत्थे जा रहियां उहनां नूं लंगर भी लाया गया तो उन्होंने तेल दियां जिहड़ियां टैंकियां वी जिहड़ी आ उह भरा के दित्तियां जाणगियां। मैं कहा जी तुसीं वेख लिओ सरकार नूं ਇਹ ਜਿਹੜਾ ਜਿਹੜਾ 26 ਤਰੀਕ ਦਾ ਇਕੱਠ ਆ ਇਹ ਇੱਕ ਹਿਸਟਰੀ ਦਾ ਮੈਂ ਕਹਿੰਦਾ ਬਹੁਤ ਇੱਕ ਦਰਜ ਹੋਣ ਵਾਲੀ ਚੀਜ਼ ਆ ਹਿਸਟਰੀ ਦੇ ਵਿੱਚ ਬਹੁਤ ਵੱਡਾ ਅੰਦੋਲਨ ਅਤੇ ਬਹੁਤ ਵੱਡਾ ਇਕੱਠ ਸਰਕਾਰ ਕੁਝ ਨਹੀਂ ਕਰ ਸਕਦੀ ਹੁਣ ਸਰਕਾਰ ਆਪਣੇ ਲੋਕਾਂ ਨੂੰ ਇੰਨੇ ਵੱਡੀ ਤਾਦਾਦ ਦੇ ਲੋਕਾਂ ਨੂੰ ਮਾਰ ਨਹੀਂ ਸਕਦੀ ਸਰ ਨਾ ਅਸੀਂ ਪਿੱਛੇ ਹਟਣਾ ਇਹ ਜਿਹੜੀ ਜੰਗ ਆ ਕਿਸਾਨ ਜਿੱਤਣਗੇ ਅਤੇ ਜਿੱਤ ਕੇ ਜਿਹੜੇ ਪੰਜਾਬ ਪਰਤਣਗੇ ਮੈਂ ਅਸੀਂ ਇਹਨਾਂ ਦੀ ਮੀਟਿੰਗਾਂ ਹੁਣ ਜਿਹੜੇ ਨਾ ਹੁਣ ਵੇਖਣੀਆਂ ਸੁਣਨੀਆਂ ਹੀ ਬੰਦ ਕਰ ਦਿੱਤੀਆਂ ਇਹ ਸਿਰਫ ਗੁੰਮਰਾਹ ਕਰ ਰਹੇ ਆ ਇਹ ਸਾਨੂੰ ਖੇਡਣ ਦੀਆਂ ਜਿਹੜੀਆਂ ਕਿਸਾਨਾਂ ਨੂੰ ਸਾਡੇ ਵਿੱਚ ਸਿਆਸਤਾਂ ਮਤਲਬ ਕਈ ਇਹਨਾਂ ਨੂੰ ਇਵੇਂ ਅੰਦੋਲਨ ਕਿਸੇ ਤਰੀਕੇ ਖਿੰਡ ਜੇ ਜਦੋਂ ਕਿ ਵਾਹਿਗੁਰੂ ਦੀ ਇੰਨੀ ਕਿਰਪਾ ਆ ਵੀ ਦਿਨ ਬ ਦਿਨ ਜਿਹੜਾ ਆ ਉਹ ਜਿਹੜਾ ਜਾਮ ਵੱਡੇ ਹੋ ਰਹੇ ਆ ਵੇਖੋ ਡੀਜ਼ਲ ਦਾ ਲੰਗਰ ਅਸੀਂ ਵਾਰ ਵਾਰ ਡੀਜ਼ਲ ਦਾ ਲੰਗਰ ਲਾਉਣ ਨਾਲ ਇੱਕ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਇੱਕ ਮਾਝੇ 'ਚ ਮੈਸੇਜ ਦੇਣਾ ਵੀ ਜਿਹੜੇ ਨੌਜਵਾਨ ਅੱਜ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਮੈਸੇਜ ਦੇਣਾ ਵੀ ਉਹ ਵੀ ਉੱਠਣ ਇਸ ਅੰਦੋਲਨ ਦਾ ਹਿੱਸਾ ਬਣਨ। ਮੈਂ ਇਹ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਵੀ ਦਿੱਲੀ ਦੀ ਹਿੱਕ 'ਤੇ ਅਸੀਂ ਕਈ ਵਾਰੀ ਦੀਵੇ ਬਾਲ ਚੁੱਕੇ ਹਾਂ ਅਤੇ ਇਹ ਮੋਦੀ ਸਰਕਾਰ ਜਿਹੜੀ ਆਪਣੀਆਂ ਨੀਤੀਆਂ ਤੋਂ ਆਵਾਜ਼ ਨਹੀਂ ਆਉਂਦੀ। ਸਾਡਾ ਤਾਂ ਸ਼ੁਰੂ ਤੋਂ ਹੀ ਵਾਹ ਦਿੱਲੀ ਦੇ ਜੋ ਜਰਵਾਣਿਆਂ ਦਾ ਨਾਂ ਰਿਹਾ ਹੈ ਉਹ ਜਰਵਾਣੇ ਜੇ ਅੱਜ ਤੋਂ ਮੁਗਲਾਂ ਦੇ ਵਿੱਚ ਹੀ ਅਤੇ ਇਹ ਮੁਗਲਾਂ ਤੋਂ ਵੱਧ ਕੇ ਅੰਗਰੇਜ਼ਾਂ ਤੋਂ ਵੱਧ ਕੇ ਇਹ ਕਿਨ੍ਹਾਂ ਦੇ ਕਿਸਾਨਾਂ ਦੇ ਨਾਲ ਆਮ ਜਨਤਾ ਦੇ ਨਾਲ ਇਹ ਕਿਨ੍ਹਾਂ ਦੇ ਧੋਖਾਦਾਈ ਕਰ ਰਹੇ ਹਨ ਇਹਨਾਂ ਨੂੰ ਬਾਜ਼ ਆ ਜਾਣਾ ਚਾਹੀਦਾ ਅਤੇ ਇਸ ਮੋਦੀ ਨੂੰ ਵੀ ਜੇਕਰ ਕਿਸਾਨਾਂ ਦੇ ਮੁੱਦੇ 'ਤੇ ਆਪਣੇ ਆਪ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਅਤੇ ਇਹ ਜਲਦੀ ਹੀ ਇਹ ਖਤਮ ਇਹਨਾਂ ਦੀ ਭਾਜਪਾ ਦੀ ਸਰਕਾਰਾਂ ਸਾਰੀਆਂ ਸਟੇਟਾਂ ਦੇ ਵਿੱਚੋਂ ਖਤਮ ਹੋ ਜਾਏਗੀ।